ਸਰਪੰਚ ਦਵਿੰਦਰ ਵੀਰ ਜੀ ਜਿਹੜੇ ਲੜ ਰਹੇ ਨੇ ਚੋਣ, ਇਹਨਾਂ ਦੀ ਜਿੱਤ ਤੁਹਾਡੀ ਆਪਦੀ ਜਿੱਤ ਹੋਵੇਗੀ, ਕਾਂਗਰਸ ਪਾਰਟੀ ਦੀ ਜਿੱਤ ਹੋਵੇਗੀ। ਸਭ ਨੂੰ ਬੇਨਤੀ ਕਰਦੀ ਹਾਂ ਇੱਕ ਇੱਕ ਕੀਮਤੀ ਵੋਟ ਪਾ ਕੇ ਕਾਂਗਰਸ ਪਾਰਟੀ ਨੂੰ ਆਪਣੇ ਪਿੰਡ ਦੇ ਵਿੱਚੋਂ ਕਾਂਗਰਸ ਪਾਰਟੀ ਦੀ ਪੰਚਾਇਤ ਬਣਾ ਕੇ ਸਾਨੂੰ ਕਾਂਗਰਸ ਪਾਰਟੀ ਨੂੰ ਜੇਤੂ ਕਰਾਰ ਕਰੋ। ਤੁਹਾਡੇ ਸਭ ਦਾ ਇੱਥੇ ਪਹੁੰਚਣ ਲਈ ਬਹੁਤ ਕੰਮ ਭਾਜੀ ਬਹੁਤ ਹੋਣਾ, ਕੰਮ ਕਦੇ ਮੁੱਕਦੇ ਨਹੀਂ ਹੁੰਦੇ। ਕੰਮ ਜਿਹੜੇ ਹੋਏ ਹੋਏ ਨੇ ਉਹ ਸਟਰੀਟ ਲਾਈਟਸ ਲੱਗੀਆਂ ਸੀਗੀਆਂ, ਉਹਨਾਂ ਦੀਆਂ ਬੈਟਰੀਆਂ ਬੂਟਰੀਆਂ ਗਾਇਬ ਹੋ ਗਈਆਂ, ਉਹ ਬਸ ਪੋਲਸ ਖੜੇ ਆ, ਉਹਨਾਂ ਨੂੰ ਦੁਬਾਰਾ ਲੋੜ ਆ, ਕੋਈ ਇਹਨਾਂ ਦੀ ਦੇਖਭਾਲ ਕਰੇ। ਸੀਵਰੇਜ ਸਾਰਾ ਬਲੌਕ ਹੋਇਆ ਪਿਆ, ਉਹਨੂੰ ਸਫਾਈ ਦੀ ਲੋੜ ਆ। ਗਰਾਊਂਡ ਦੇ ਵਿੱਚ ਕੋਚ ਨਹੀਂ ਹੈਗਾ। ਅਤੇ ਇੱਕ ਬਹੁਤ ਵੱਡਾ ਮੁੱਦਾ ਜਿਹੜਾ ਮੇਰੇ ਹੁਣੇ ਹੁਣੇ ਧਿਆਨ 'ਚ ਆਇਆ, ਕੋਈ ਕੁੜੀਆਂ ਦੇ ਸਕੂਲ ਦੇ ਬਾਹਰ ਬੜੇ ਮੁੰਡੇ ਖੜਨ ਲੱਗ ਗਏ, ਪਤਾ ਨਹੀਂ ਕਿੱਥੇ ਦੇ ਆ, ਸਾਡਾ ਪਿੰਡ ਨਵਾਂ ਨਵਾਂ ਸ਼ਹਿਰ ਦੇ ਨਾਲ ਜੁੜਿਆ। ਇਹੋ ਜਿਹੇ ਕਈ ਤਰ੍ਹਾਂ ਦੇ ਮੁੱਦੇ ਆ ਜਿਨ੍ਹਾਂ 'ਤੇ ਮੈਂ ਬੜੀ ਪਹਿਰਾ ਦੇ ਕੇ ਕੰਮ ਕਰੂੰਗਾ। ਮੈਂ ਇਹ ਅਪੀਲ ਕਰਦਾ ਆਪਣੇ ਗਿਰ ਵਾਸੀ, ਗਲਤੀ ਨਹੀਂ ਕਹਿ ਸਕਦੇ ਆਪਾਂ, ਉਹ ਯੂਥ ਆ, ਉਹਨੂੰ ਸਹੀ ਦਿਸ਼ਾ ਦੇਣ ਦੀ ਲੋੜ ਆ, ਉਹਨੂੰ ਸਮਝਾਉਣ ਦੀ ਲੋੜ ਆ। ਉਹਨੂੰ ਸਮਝਾਵਾਂਗੇ, ਕਰਾਂਗੇ ਵੀ ਭਾਈ ਇਹ ਚੀਜ਼ਾਂ ਤੁਸੀਂ ਇਹਨਾਂ ਤੋਂ ਪਰੇ ਹਟ ਕੇ ਤੁਸੀਂ ਆਪਣਾ ਸਹੀ ਜ਼ਿੰਦਗੀ ਜੀਓ, ਕੋਈ ਗੱਲ ਨਹੀਂ ਉਹ ਮੈਡਮ ਆ ਜਾਂਦੇ। ਮੈਡਮ ਬੜੀ ਗਾਇ ਸੀਗੇ, ਸੋ ਕਿੰਨਾ ਕੁ ਹੁੰਗਾਰਾ ਲੱਗਦਾ ਉਹਨਾਂ ਦੇ ਨਾਲ ਹੋਣ ਦਾ ਪਿੰਡ ਤੇ ਮਿਲੂਗਾ? ਬਹੁਤ ਵੱਡਾ ਹੁੰਗਾਰਾ ਮਿਲੂਗਾ, ਕਿਉਂਕਿ ਸਾਡਾ ਪਿੰਡ ਉਹਨਾਂ ਨੂੰ ਬਹੁਤ ਪਿਆਰ ਕਰਦਾ। ਜੋ ਰਾਜਾ ਵੜਿੰਗ ਜੀ ਜਿੱਤੇ ਨੇ ਉਹਦੇ ਵਿੱਚੋਂ ਵੀ ਸਾਡੇ ਪਿੰਡ ਨੇ ਉਹਨਾਂ ਨੂੰ 800-900 ਵੋਟ ਪਾ ਕੇ ਪਹਿਲੇ ਨੰਬਰ ਤੋਂ ਗਿੱਲ ਪਿੰਡ ਤੇ ਜਿਤਾਇਆ। ਉਹ ਇਹਨਾਂ ਨਾਲ ਦਿਲੋਂ ਜੁੜ ਗਏ ਨੇ। ਹੁਣ ਸਾਡਾ ਵੀ ਆ ਵੀ ਉਹ ਅਸੀਂ ਆਪਣਾ ਕੰਮ ਕਰਤਾ, ਹੁਣ ਉਹਨਾਂ ਤੋਂ ਸਾਨੂੰ ਪਿੰਡ ਲਈ ਲੈਣ ਦੀ ਲੋੜ ਆ। ਸਾਨੂੰ ਪੂਰੀ ਆਸ ਆ ਵੀ ਉਹ ਸਾਨੂੰ ਵੱਡੇ ਗੱਫੇ ਪਿੰਡ ਨੂੰ ਦੇਣਗੇ। ਤੁਹਾਨੂੰ ਸਰਪੰਚ ਦਵਿੰਦਰ ਵੀਰ ਜੀ ਜਿਹੜੇ ਲੜ ਰਹੇ ਨੇ ਚੋਣ, ਇਹਨਾਂ ਦੀ ਜਿੱਤ ਤੁਹਾਡੀ ਆਪਦੀ ਜਿੱਤ ਹੋਵੇਗੀ, ਕਾਂਗਰਸ ਪਾਰਟੀ ਦੀ ਜਿੱਤ ਹੋਵੇਗੀ। ਸਭ ਨੂੰ ਬੇਨਤੀ ਕਰਦੀ ਹਾਂ ਇੱਕ ਇੱਕ ਕੀਮਤੀ ਵੋਟ ਪਾ ਕੇ ਕਾਂਗਰਸ ਪਾਰਟੀ ਨੂੰ ਆਪਣੇ ਪਿੰਡ ਦੇ ਵਿੱਚੋਂ ਕਾਂਗਰਸ ਪਾਰਟੀ ਦੀ ਪੰਚਾਇਤ ਬਣਾ ਕੇ ਸਾਨੂੰ ਕਾਂਗਰਸ ਪਾਰਟੀ ਨੂੰ ਜੇਤੂ ਕਰਾਰ ਕਰੋ। ਤੁਹਾਡੇ ਸਭ ਦਾ ਇੱਥੇ ਪਹੁੰਚਣ ਲਈ ਬਹੁਤ ਕੰਮ ਭਾਜੀ ਬਹੁਤ ਹੋਣਾ, ਕੰਮ ਕਦੇ ਮੁੱਕਦੇ ਨਹੀਂ ਹੁੰਦੇ। ਕੰਮ ਜਿਹੜੇ ਹੋਏ ਹੋਏ ਨੇ ਉਹ ਸਟਰੀਟ ਲਾਈਟਸ ਲੱਗੀਆਂ ਸੀਗੀਆਂ, ਉਹਨਾਂ ਦੀਆਂ ਬੈਟਰੀਆਂ ਬੂਟਰੀਆਂ ਗਾਇਬ ਹੋ ਗਈਆਂ, ਉਹ ਬਸ ਪੋਲਸ ਖੜੇ ਆ, ਉਹਨਾਂ ਨੂੰ ਦੁਬਾਰਾ ਲੋੜ ਆ, ਕੋਈ ਇਹਨਾਂ ਦੀ ਦੇਖਭਾਲ ਕਰੇ। ਸੀਵਰੇਜ ਸਾਰਾ ਬਲੌਕ ਹੋਇਆ ਪਿਆ, ਉਹਨੂੰ ਸਫਾਈ ਦੀ ਲੋੜ ਆ। ਗਰਾਊਂਡ ਦੇ ਵਿੱਚ ਕੋਚ ਨਹੀਂ ਹੈਗਾ। ਅਤੇ ਇੱਕ ਬਹੁਤ ਵੱਡਾ ਮੁੱਦਾ ਜਿਹੜਾ ਮੇਰੇ ਹੁਣੇ ਹੁਣੇ ਧਿਆਨ 'ਚ ਆਇਆ, ਕੋਈ ਕੁੜੀਆਂ ਦੇ ਸਕੂਲ ਦੇ ਬਾਹਰ ਬੜੇ ਮੁੰਡੇ ਖੜਨ ਲੱਗ ਗਏ, ਪਤਾ ਨਹੀਂ ਕਿੱਥੇ ਦੇ ਆ, ਸਾਡਾ ਪਿੰਡ ਨਵਾਂ ਨਵਾਂ ਸ਼ਹਿਰ ਦੇ ਨਾਲ ਜੁੜਿਆ। ਇਹੋ ਜਿਹੇ ਕਈ ਤਰ੍ਹਾਂ ਦੇ ਮੁੱਦੇ ਆ ਜਿਨ੍ਹਾਂ 'ਤੇ ਮੈਂ ਬੜੀ ਪਹਿਰਾ ਦੇ ਕੇ ਕੰਮ ਕਰੂੰਗਾ। ਮੈਂ ਇਹ ਅਪੀਲ ਕਰਦਾ ਆਪਣੇ ਗਿਰ ਵਾਸੀ, ਗਲਤੀ ਨਹੀਂ ਕਹਿ ਸਕਦੇ ਆਪਾਂ, ਉਹ ਯੂਥ ਆ, ਉਹਨੂੰ ਸਹੀ ਦਿਸ਼ਾ ਦੇਣ ਦੀ ਲੋੜ ਆ, ਉਹਨੂੰ ਸਮਝਾਉਣ ਦੀ ਲੋੜ ਆ। ਉਹਨੂੰ ਸਮਝਾਵਾਂਗੇ, ਕਰਾਂਗੇ ਵੀ ਭਾਈ ਇਹ ਚੀਜ਼ਾਂ ਤੁਸੀਂ ਇਹਨਾਂ ਤੋਂ ਪਰੇ ਹਟ ਕੇ ਤੁਸੀਂ ਆਪਣਾ ਸਹੀ ਜ਼ਿੰਦਗੀ ਜੀਓ, ਕੋਈ ਗੱਲ ਨਹੀਂ ਉਹ ਮੈਡਮ ਆ ਜਾਂਦੇ। ਮੈਡਮ ਬੜੀ ਗਾਇ ਸੀਗੇ, ਸੋ ਕਿੰਨਾ ਕੁ ਹੁੰਗਾਰਾ ਲੱਗਦਾ ਉਹਨਾਂ ਦੇ ਨਾਲ ਹੋਣ ਦਾ ਪਿੰਡ ਤੇ ਮਿਲੂਗਾ? ਬਹੁਤ ਵੱਡਾ ਹੁੰਗਾਰਾ ਮਿਲੂਗਾ, ਕਿਉਂਕਿ ਸਾਡਾ ਪਿੰਡ ਉਹਨਾਂ ਨੂੰ ਬਹੁਤ ਪਿਆਰ ਕਰਦਾ। ਜੋ ਰਾਜਾ ਵੜਿੰਗ ਜੀ ਜਿੱਤੇ ਨੇ ਉਹਦੇ ਵਿੱਚੋਂ ਵੀ ਸਾਡੇ ਪਿੰਡ ਨੇ ਉਹਨਾਂ ਨੂੰ 800-900 ਵੋਟ ਪਾ ਕੇ ਪਹਿਲੇ ਨੰਬਰ ਤੋਂ ਗਿੱਲ ਪਿੰਡ ਤੇ ਜਿਤਾਇਆ। ਉਹ ਇਹਨਾਂ ਨਾਲ ਦਿਲੋਂ ਜੁੜ ਗਏ ਨੇ। ਹੁਣ ਸਾਡਾ ਵੀ ਆ ਵੀ ਉਹ ਅਸੀਂ ਆਪਣਾ ਕੰਮ ਕਰਤਾ, ਹੁਣ ਉਹਨਾਂ ਤੋਂ ਸਾਨੂੰ ਪਿੰਡ ਲਈ ਲੈਣ ਦੀ ਲੋੜ ਆ। ਸਾਨੂੰ ਪੂਰੀ ਆਸ ਆ ਵੀ ਉਹ ਸਾਨੂੰ ਵੱਡੇ ਗੱਫੇ ਪਿੰਡ ਨੂੰ ਦੇਣਗੇ। ਤੁਹਾਨੂੰ